थको जिन्ना मर्जी पर अको ना प्यारेओ, रिमेंबर रेस्ट अप बट डोंट गेट फेड अप। ਆਪਾਂ ਅੱਕਦੇ ਉਸ ਕੰਮ ਤੋਂ ਆ ਜਿਹੜਾ ਖੁਦ ਆਪਾਂ ਇੰਜੋਏ ਨਹੀਂ ਕਰਦੇ। ਕਿਸੇ ਦੇ ਕਹੇ 'ਤੇ ਆਪਾਂ ਉਹ ਜੋਬ 'ਤੇ ਲੱਗ ਗਏ, ਕਿਸੇ ਦੇ ਕਹੇ 'ਤੇ ਆਪਾਂ ਉਹ ਕਹਿ ਲਓ ਕਿ ਕੋਰਸ ਸ਼ੁਰੂ ਕਰ ਲਿਆ, ਪਰ ਆਪਾਂ ਆਪ ਖੁਦ ਨਹੀਂ ਇੰਜੋਏ ਕਰਦੇ। ਇਨ ਲਾਈਫ ਵੀ ਡੂ ਸੋ ਮੈਨੀ ਥਿੰਗਸ ਦੈਟ ਪੀਪਲ ਟੈਲ ਅਸ ਟੂ ਡੂ, ਬਟ ਵੀ ਡੂ ਇਟ ਬਿਕਾਜ਼ ਦੇਵ ਟੋਲਡ ਅਸ, ਬਟ ਵੀ ਨਾਟ ਇੰਜੋਏ ਡੂਇੰਗ ਇਟ ਆਰ ਸੈਲਵਸ। ਐਂਡ ਓਲਵੇਜ਼ ਰਿਮੈਂਬਰ ਦ ਥਿੰਗ ਯੂ ਇੰਜੋਏ ਡੂਇੰਗ, ਜਿਹੜਾ ਕੰਮ ਤੂੰ ਅੰਦਰੋਂ ਇੰਜੋਏ ਕਰੇਗਾ ਕਰਨਾ, ਤਾਂ ਤੂੰ ਕਦੇ ਅੱਕੇਗਾ ਨਹੀਂ, ਥੱਕੇਗਾ। ਭਾਵਾਂ ਹਫ਼ਤਾ ਖੰਡ ਰੈਸਟ ਕਰਨ ਵਾਸਤੇ ਕੱਢ ਲੈ, ਭਾਵਾਂ ਕਿਤੇ ਜਾ ਕੇ ਵੀਕ ਵਾਸਤੇ, ਦੋ ਵੀਕਾਂ ਵਾਸਤੇ ਯਾਰ ਗੈਪ ਯੇਅਰ ਭਾਵਾਂ ਲੈ ਲਾ, ਪਰ ਥੱਕਣਾ, ਰੈਸਟ ਕਰਨੀ ਜਿੰਨੀ ਮਰਜ਼ੀ ਕਰ, ਪਰ ਯਾਦ ਰੱਖੀ ਅੱਕੀ ਨਾ। ਡੋਂਟ ਗੈਟ ਫੈਡ ਅਪ। ਯੂ ਵਾਂਟ ਟੂ ਰੈਸਟ ਅਪ, ਟੇਕ ਅ ਵੀਕ, ਟੇਕ ਅ ਯੀਅਰ, ਗੈਪ ਯੀਅਰ ਆਊਟ ਐਂਡ ਰੈਸਟ ਅਪ, take a breather, that's fine, but the work you enjoy doing, you will never get fed up from, or you will never want to give up, because you enjoy doing it. In life, zindagi vich jadon apan eh chahunde ha loki meri balle balle karan, loki vaah vaah karan, loki kya baat karan, ta yaad rakhyo apan kam vi lokan vaaste karde ha ਆਪਣੀ ਸੈਟਿਸਫੈਕਸ਼ਨ ਵਾਸਤੇ ਨਹੀਂ, ਆਪਣੀ ਸੰਤੁਸ਼ਟੀ ਵਾਸਤੇ ਨਹੀਂ। ਵੈਨ ਵੀ ਵਾਂਟ ਅਦਰ ਪੀਪਲ ਟੂ ਪ੍ਰੇਜ਼ ਅਸ ਔਰ ਅਪਲੋਜ਼ ਅਸ, ਵੀ ਆਲਵੇਜ਼ ਡੂ ਦੋਜ਼ ਥਿੰਗਸ ਦੈਟ ਵਿਲ ਪਲੀਜ਼ ਅਦਰਸ ਬਟ ਨਾਟ ਆਰਸੈਲਵਸ। ਵੀ ਵਿਲ ਨਾਟ ਬੀ ਕੰਟੈਂਟ ਇਨ ਵਾਟ ਵੀ ਡੂ ਬਿਕਾਜ਼ ਵੀ ਡੂਇੰਗ ਇਟ ਟੂ ਪਲੀਜ਼ ਅਦਰ ਪੀਪਲ। ਸੋ ਆਲਵੇਜ਼ ਰਿਮੈਂਬਰ ਦਿਸ, ਯਾਦ ਰੱਖਿਓ ਪਿਆਰਿਓ, ਕਿਹੜਾ ਕੋਜ਼ ਆ ਤੇਰਾ, ਲੋਕਾਂ ਦੀ ਅਪਲੋਜ਼ ਨਾ ਪਾਲ। ਵਾਟ ਇਜ਼ ਦ ਕੋਜ਼, ਫਰਗੈਟ ਦ people's applause. What is something that you need to do to improve yourself instead of proving to others that I have done this or that I have achieved this? ਲੋਕਾਂ ਨੂੰ ਪ੍ਰੂਵ ਨਾ ਕਰ ਕਿ ਮੈਂ ਆਹ ਕਰ ਲਿਆ, ਤੂੰ ਕਹਿੰਦਾ ਸੀ ਕਰ ਨਹੀਂ ਸਕਦਾ ਪਰ ਵੇਖ ਲਾ ਮੈਂ ਕਰ ਲਿਆ। ਸਮਾਂ ਕੇ ਤੂੰ ਆਪਣੇ ਆਪ ਨੂੰ ਇੰਪਰੂਵ ਕਰ, ਤੇਰੀ ਪਰਪਸ ਕੀ ਆ, ਤੇਰੇ ਏਮਸ ਕੀ ਆ, ਤੇਰੇ ਓਬਜੈਕਟਿਵਸ ਕੀ ਆ, ਉਹ ਸੈੱਟ ਕਰ ਜਿਹੜੇ ਤੂੰ ਇੰਜੋਏ ਕਰੇਗਾ। ਡੂ ਦੋਜ਼ ਥਿੰਗਸ ਦੈਟ ਯੂ ਫਾਈਂਡ ਐਕਸਾਈਟਿੰਗ, ਦੈਟ ਯੂ ਫਾਈਂਡ ਦੈਟ ਯੂ ਵਿਲ ਇੰਜੋਏ, ਬਿਕਾਜ਼ ਦੈਟ ਜੋਬ, ਦੈਟ ਕੋਰਸ, ਦੈਟ ਸਕਿੱਲ ਦੈਟ ਯੂ ਵਾਂਟ ਟੂ ਲਰਨ, ਜਦੋਂ ਤੂੰ ਇੰਜੋਏ ਕਰਨ ਲੱਗ ਗਿਆ, ਤਾਂ ਯਾਦ ਰੱਖੀ ਥੱਕੇਗਾ। ਭਾਵਾਂ 100 ਵਾਰੀ ਥੱਕ, ਭਾਵਾਂ 2 ਸਾਲ ਤੂੰ ਕਹਿ ਮੈਂ ਗੈਪ ਯੀਅਰ ਲੈਣੇ ਆ ਤਾਂ ਮੈਂ ਰੈਸਟ ਕਰਨੀ ਆ, ਕਰ, ਪਰ ਤੂੰ ਯਾਦ ਰੱਖੀ ਤੂੰ ਕਦੇ ਅੱਕੂਗਾ ਨਹੀਂ। ਯੂ ਵਿਲ ਨੈਵਰ ਗੈਟ ਫੈਡ ਅਪ ਆਫ ਸਮਥਿੰਗ ਦੈਟ ਯੂ ਇੰਜੋਏ ਡੂਇੰਗ। ਦੈਟ ਇੰਜੋਇਮੈਂਟ, ਦੈਟ ਐਕਸਾਈਟਮੈਂਟ ਵਿਲ ਬੀ ਦਾ ਐਕਸੈਲਰੇਸ਼ਨ, ਦੈਟ ਪਰਪਸ ਐਂਡ ਦੈਟ ਕੋਜ਼ ਜਿਹੜਾ ਜ਼ਿੰਦਗੀ ਵਿੱਚ ਆ ਉਹ ਫਿਊਲ ਬਣੇਗੀ ਤੇਰੀ, ਜਿਹੜੀ ਪੈਸ਼ਨ ਆ ਤੇਰੀ ਉਹ ਫਿਊਲ ਬਣੇਗੀ ਅੱਗੇ ਵਧਣ ਵਾਸਤੇ, ਅੱਗੇ ਪ੍ਰੋਗਰੈਸ ਕਰਨ ਵਾਸਤੇ, ਅੱਗੇ ਹੋਰ ਅਚੀਵਮੈਂਟਸ ਕਰਨ ਵਾਸਤੇ। ਪਰ ਹਮੇਸ਼ਾ ਇਹ ਯਾਦ ਰੱਖੀ ਉਹ ਕੰਮ ਕਰੀ, ਉਹ ਸਕਿੱਲ ਲਈ, ਉਹ ਕੋਰਸ ਕਰੀ ਜਿਹੜਾ ਤੂੰ ਖੁਦ ਆਪ ਇੰਜੋਏ ਕਰੇਗਾ, ਨਾ ਕਿ ਲੋਕੀ ਕਹਿ ਰਹੇ ਆ ਤਾਂ ਮੈਨੂੰ ਕਰਨਾ ਪੈਣਾ, ਫਲਾਨਾ ਕਹਿ ਰਹੇ ਆ ਤਾਂ ਮੈਨੂੰ ਕਰਨਾ ਪੈਣਾ, ਕਿਉਂਕਿ ਤੂੰ ਅੱਜ ਉਹ ਕੰਮ ਸ਼ੁਰੂ ਕਰ ਤਾਂ ਲਏਗਾ, ਪਰ ਤੂੰ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰੇਗਾ ਜਦੋਂ ਤੂੰ ਜ਼ਿੰਦਗੀ ਵਿੱਚ ਅੱਕ ਜਾਣਾ, ਯਾਰ ਮੇਰੇ ਕੋਲੋਂ ਨਹੀਂ ਹੁੰਦਾ, ਮੈਂ ਛੱਡਿਆ, ਮੈਂ ਅੱਕ ਗਿਆ, ਮੈਂ ਥੱਕ ਗਿਆ। ਪਰ ਯਾਦ ਰੱਖੀ ਥੱਕਣਾ ਕੋਈ ਮਾੜਾ ਨਹੀਂ ਹੁੰਦਾ, ਥੱਕਣ ਵਿੱਚ ਅਤੇ ਅੱਕਣ ਵਿੱਚ ਬਹੁਤ ਵੱਡਾ ਅੰਤਰ ਆ, ਫਰਕ ਆ। ਦੈ ਸੱਚ ਅ ਬਿਗ ਡਿਫਰੈਂਸ ਬਿਟਵੀਨ ਰੈਸਟਿੰਗ ਅਪ ਔਰ ਬਿਕਮਿੰਗ ਫੈਡ ਅਪ। ਥੈਂਕ ਯੂ ਫੋਰ ਲਿਸਨਿੰਗ ਟੂ ਟੁਡੇਜ਼ ਕਲਿੱਪ। ਆਲਵੇਜ਼ ਅੰਡਰਸਟੈਂਡ ਦ ਕੋਜ਼ ਇਨਸਟੈਡ ਆਫ ਅਦਰ ਪੀਪਲਸ ਅਪਲੋਜ਼, ਐਂਡ ਆਲਵੇਜ਼ ਰਿਮੈਂਬਰ ਇੰਪਰੂਵ, ਡੋਂਟ ਨੀਡ ਟੂ ਪ੍ਰੂਵ ਟੂ ਨੋ ਵਨ ਐਲਸ ਇਨ ਲਾਈਫ। ਆਪ ਜੀ ਦਾ ਧੰਨਵਾਦ, ਅੱਜ ਦਾ ਕਲਿੱਪ ਸੁਣਿਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਫੋਰ ਲਿਸਨਿੰਗ ਟੂ ਟੁਡੇਜ਼ ਕਲਿੱਪ। ਇਫ ਯੂ ਇੰਜੋਏਡ ਇਟ, ਪਲੀਜ਼ ਡੂ ਸ਼ੇਅਰ ਵਿਦ ਯੋਰ ਲਵਡ ਵਨਸ, ਆਲਸੋ ਸਬਸਕ੍ਰਾਈਬ, ਲਾਈਕ ਐਂਡ ਫੋਲੋ ਆਰ ਸੋਸ਼ਲ ਮੀਡੀਆ ਪਲੈਟਫਾਰਮਸ, ਫੇਸਬੁੱਕ, ਯੂਟਿਊਬ ਐਂਡ ਇੰਸਟਾਗ੍ਰਾਮ, ਨਿਰਵੈਰ ਖਾਲਸਾ ਜਥਾ UK। ਜ਼ਰੂਰ ਯਾਦ ਰੱਖਣਾ ਹਰੇਕ ਟਿਊਜ਼ਡੇਜ਼, ਥਰਸਡੇਜ਼ ਤਾਂ ਸੈਟਰਡੇਜ਼ UK ਟਾਈਮ 12 ਵਜੇ ਦੁਪਹਿਰ ਨੂੰ ਨਵੀਂ ਮੋਟੀਵੇਸ਼ਨਲ, ਇੰਸਪੀਰੇਸ਼ਨਲ ਐਂਡ ਆਲਸੋ ਸੈਲਫ ਡਿਵੈਲਪਮੈਂਟ ਵਾਸਤੇ ਵੀਡੀਓ ਕੱਢੀ ਜਾਂਦੀ ਆ। ਆਪ ਵੀ ਸੁਣੋ, ਆਪਾਂ ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰ ਸਕੀਏ। ਐਂਡ ਲੈਟਸ ਟਰਾਈ ਐਂਡ ਮੇਕ ਆਰ ਸੈਲਵਸ, ਚੇਂਜ ਆਰ ਸੈਲਵਸ ਫੋਰ ਦ ਬੈਟਰ। ਸੋ ਇਫ ਵੀ ਆਲ ਸਟਾਰਟ ਚੇਂਜਿੰਗ ਆਰ ਸੈਲਵਸ,
the world will be a better place to live in. Thank you for listening to today's clip. Thank you.